ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ ਮੈਂ ਆਪਣੇ ਬਿਰਕ ਫਾਰਮ ਦੇ ਵਿੱਚ ਖੜਾ ਜਿਹੜਾ ਕਿ ਜ਼ਿਲ੍ਹਾ ਜਲੰਧਰ ਤੇ ਤਹਿਸੀਲ ਫਲੋਰ ਦੇ ਵਿੱਚ ਪੈਂਦਾ ਇੱਥੇ ਇਸ ਫਾਰਮ ਦੇ ਉੱਤੇ ਜੰਗਲ ਦਾ ਸਿਧਾਂਤ ਲਾਗੂ ਕੀਤਾ ਗਿਆ ਤੇ ਨਾਲੇ ਨਾਲ ਖੇਤੀ ਦਾ ਕੁਦਰਤੀ ਕਰਨ ਕੁਦਰਤੀ ਕਰਨ ਤੋਂ ਭਾਵ ਹੈ ਜਿਸ ਤਰ੍ਹਾਂ ਇਹ ਨੇਚਰ ਚਾਹਦੀ ਹੈ ਉਸੇ ਢੰਗ ਨਾਲ ਕੀਤਾ ਜਾਂਦਾ ਇੱਥੇ ਜਿਹੜੀ ਬਾਂਦ ਗੋਭੀ ਬੀਜੀ ਗਈ ਸੀ ਜੋ ਕਿ ਬੀਜ ਤੋਂ ਬੀਜੀ ਜਾਂਦੀ ਹੈ ਕਿਉਂਕਿ ਕੁਦਰਤ ਜਿਹੜੀ ਆ ਉਹ ਬੀਜ ਨੂੰ ਅੱਗੇ ਪਿੱਛੇ ਕਰਦੀ ਆ ਤੇ ਪੌਦੇ ਨੂੰ ਅੱਗੇ ਪਿੱਛੇ ਨਹੀਂ ਕਰਦੀ ਹੈਗੀ ਇਸ ਕਰਕੇ ਜਿਹੜੇ ਇੱਦਾਂ ਜਿਹੜੇ ਛੋਲੇ ਬੀਜੇ ਗਏ ਹੈ ਸੋ ਛੋਲਿਆਂ ਦਾ ਬੀਜੜਾ ਉਹ ਸਵਾ ਕਿਲੋ ਦੇ ਕਰੀਬ ਯਾਨੀ 5000 ਦਾਣਾ ਏਕੜ ਦੇ ਵਿੱਚ ਪਾਇਆ ਜਾਂਦਾ ਬੰਦ ਗੋਭੀ ਹੋਣ ਕਰਕੇ ਕਿਉਂਕਿ ਬੰਦ ਗੋਭੀ ਜਿਹੜੀ ਆ ਬਹੁਤ ਜ਼ਿਆਦਾ ਖਰਾਕ ਖਿੱਚਦੀ ਹੈ ਬਹੁਤ ਹੀ ਖਰਾਕ ਦੀ ਭੁੱਖੀ ਹੁੰਦੀ ਹੈ ਇਸ ਕਰਕੇ ਇੱਥੇ ਥੋੜੀ ਜਿਹਾ ਜਿਹੜਾ ਛੋਲੇ ਆ ਉਹਨਾਂ ਤੇ ਅਸਰ ਪਿਆ ਤੇ ਛੋਲੇ ਜਿਹੜੇ ਆ ਇਹਨੇ ਜਿੰਨੇ ਵਧੀਆ ਹੋਣੇ ਚਾਹੀਦੇ ਕਿੰਨੇ ਫੁੱਲ ਗੋਭੀ ਚੁੰਦੇ ਆ ਉਹਨੇ ਵਧੀਆ ਨਹੀਂ ਹੈਗੇ ਤੇ ਵੈਸੇ ਕਾਫੀ ਅੱਛਾ ਹੈ ਫ ਤੇ ਇਸੇ ਤਰ੍ਹਾਂ ਇਹਦੇ ਵਿੱਚ ਜਿਹੜੇ ਹੈਗੇ ਕਣਕ ਬੀਜੀ ਗਈ ਹੈਗੀ ਹੈ ਕਣਕ ਦਾ ਜਿਹੜਾ 625 ਗ੍ਰਾਮ ਬੀਜ ਯਾਨੀ ਕਿ 16000 ਦਾਣਾ ਪਾਇਆ ਗਿਆ ਤੇ ਬੰਦ ਗੋਭੀ ਨੇ ਲਾਹਤ ਤੇ ਵੀ ਅਸਰ ਦਿਸ ਰਿਹਾ ਇਸੇ ਤਰ੍ਹਾਂ ਜਿਹੜੇ ਹੈਗਾ ਗੰਨੇ ਦਾ ਬੀਜ ਉਹ 1250 ਪੋਰੀਆਂ ਤੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਬੀਜ ਦੀ ਬਚਤ ਹੁੰਦੀ ਹੈ ਚਾਹੇ ਆਪਾਂ ਬੰਦ ਗੋਭੀ ਲਈਏ ਚਾਹੇ ਆਪਾਂ ਛੋਲੇ ਬੀਜੀਏ ਚਾਹੇ ਆਪਾਂ ਕਣਕ ਬੀਜੀਏ ਇਹ ਗਿਣੀਆਂ ਵਿੱਚ ਫਸਲਾਂ ਪੀਜੀ ਗਈਆਂ ਨਹੀਂ ਆ ਇੰਟਰਕ੍ਰੋਪਿੰਗ ਦੇ ਤੌਰ ਤੇ ਉਹ ਸਾਡੇ ਜਿਹੜੇ ਘਰੇਲੂ ਖਰਚੇ ਤੇ ਜਿਹੜੇ ਸਾਡੇ ਫਾਰਮ ਦੇ ਖਰਚੇ ਸਾਰੇ ਚੱਕ ਲਿਆ ਨੇ ਤੇ ਬਾਕੀ ਜਿਹੜਾ ਗੰਨਾ ਸਾਡੀ ਸਿਕਿਉਰਿਟੀ ਬਣੂਗਾ ਇਸੇ ਤਰ੍ਹਾਂ ਦੇ ਵਿੱਚ ਜਿਸ ਤਰ੍ਹਾਂ ਜਿਹੜੇ ਛੋਲੇ ਆ ਕਿਉਂਕਿ 20 ਘਟ ਪਾਇਆ ਜਾਂਦਾ ਹੈਗਾ 5000 ਦਾਣਾ ਯਾਨੀ ਕਿ ਸਵਾ ਕਿਲੋ ਦੇ ਕਰੀਬ ਤੇ ਇਹਦੇ ਤੇ ਜਿਹੜੇ ਖਰਗੋਸ਼ਨ ਦੀ ਬਹੁਤ ਜ਼ਿਆਦਾ ਵੱਡੀ ਮਾਰ ਸੀਗੀ ਖਰਗੋਸ਼ ਕਿਉਂਕਿ ਮੇਥੀ ਨੂੰ ਜਿਆਦਾ ਪਸੰਦ ਕਰਦੇ ਇਸ ਕਰਕੇ ਇਹਦੇ ਵਿੱਚ ਮਿੱਥੀ ਵਿਆਇ ਕਰਤੀ ਗਈ ਤਾਂ ਕਿ ਜਿਹੜੇ ਖਰਗੋਸ਼ ਆ ਉਹ ਮਿੱਥੀ ਦੇ ਉੱਤੇ ਆਪਣਾ ਗੁਜ਼ਾਰਾ ਕਰਨ ਤੇ ਜਿਹੜੇ ਛੋਲੇ ਆ ਉਹ ਉਹਨਾਂ ਨੂੰ ਛੱਡ ਦੇਣ ਤਾਂ ਇਹ ਹੋਇਆ ਵੀ ਯਾਨੀ ਕਿ ਵਧੀਆ ਹੋਇਆ ਇਹ ਕੰਮ ਨਹੀਂ ਤਾਂ ਜਿਹੜੇ ਛੋਲੇ ਆ ਬਿਲਕੁਲ ਬਹੁਤ ਹੀ ਅ ਇਹ ਨੀਵੇਂ ਪੱਧਰ ਤੇ ਰਹਿਣੇ ਸੀਗੇ ਇੰਨੇ ਵਧੀਆ ਨਹੀਂ ਸੀ ਹੋਣੇ ਹੁਣ ਕਿਉਂਕਿ ਛੋਲੇ ਜਿਹੜੇ ਆ ਗਏ ਉਹਦਾ ਬਚਾਅ ਹੋਇਆ ਖਰਗੋਸ਼ਾਂ ਤੋਂ ਇਹ ਜਿਹੜੀ ਮਿੱਥੀ ਆ ਮਿੱਥੀ ਖੁਰਾਕ ਬਣੀ ਆ ਆਪਣੇ ਖਰਗੋਸ਼ਾਂ ਦੀ ਤੇ ਇਸ ਕਰਕੇ ਇੱਕ ਸਹ ਹੁੰਦਿਆ ਲੋਨਿਕ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਪਊਗਾ ਜੇਕਰ ਆਪਾਂ ਇਸ ਯੂਨੀਵਰਸ ਦੇ ਵਿੱਚ ਹੁਣਾ ਤੇ ਸਹਯੋਂ ਦੇ ਨਾਲ ਚੱਲਣਾ ਪਊਗਾ ਤੇ ਇੰਟਰ ਕ੍ਰੋਪਿੰਗ ਕਰਨੀ ਪਊਗੀ ਸਹ ਫਸਲੀ ਕਰਨੀ ਪਊਗੀ ਸਹਯੋਂਦ ਰੱਖਣੀ ਪਊਗੀ ਫਿਰ ਹੀ ਆਪਣੀ ਜਿਹੜੀ ਖੇਤੀ ਆ ਉਹ ਕਾਰਗਰ ਨਾ ਸਿੱਧ ਹੋ ਸਕਦੀ ਆ ਅਲਾਹਮੰਦ ਹੋ ਸਕਦੀ ਆ ਬਹੁਤ ਬਹੁਤ ਧੰਨਵਾਦ